ਸਾਡਾ ਬਾਈ ਦੀ ਅਧਿਕਾਰੀ ਨਾਲ ਸ਼ਾਇਰ ਦਾ ਮਨ ਨਹੀਂ ਸੀ ਭਰਿਆ ਤਾਂ ਆਪਾਂ ਦੂਜੀ ਬਦੋ ਬਦੀ ਦਵਾ ਦਾ ਬੁਲਾ ਲਈ ਦਵਾ ਦਾ ਬੁਲਾ ਲਈ ਤੇ ਬਦੋ ਬਦੀ ਠੀਕ ਸੀ ਤੇ ਮੈਨੂੰ ਤਾਂ ਜਦੋਂ ਆਪਾਂ ਸ਼ਾਇਰ ਸ਼ੂਟ ਕਰ ਰਹੇ ਸੀਗੇ ਜੀ ਬਾਈ ਨੂੰ ਸਾਰੇ ਪਾਸੋਂ ਪੂਰੀ ਦੁਨੀਆਂ 'ਚ ਬਹੁਤ ਮੁਹੱਬਤ ਮਿਲਦੀ ਹੈ ਜੀ ਅਸੀਂ ਵੀ ਬਾਈ ਦੇ ਬੜੇ ਗਾਇਲ ਹਾਂ ਬੜੇ ਦੀਵਾਨੇ ਹਾਂ ਤੇ ਜਦੋਂ ਬਾਈ ਦੀ ਮੈਂ ਬਾਈ ਨੂੰ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਜਦੋਂ ਸ਼ਾਇਰ ਦੀ ਆਪਾਂ ਸ਼ੂਟ ਕਰ ਰਹੇ ਸੀਗੇ ਮੈਨੂੰ ਬਾਈ ਦੀ ਅਦਾਕਾਰੀ ਨੇ ਇੰਨਾ ਹੈਰਾਨ ਕਰ ਦਿੱਤਾ ਸੀਗਾ ਕਿ ਮੈਂ ਇਹ ਤਸੱਵਰ ਕਰਨਾ ਵੀ ਛੱਡਤਾ ਸੀਗਾ ਕਿ ਬਾਈ ਇੱਕ ਗਾਇਕ ਹੈ ਅਤੇ ਲਾਈਵ ਪਰਫੋਰਮਰ ਨੇ ਅਤੇ ਮੈਨੂੰ ਲੱਗਦਾ ਕਿ ਜਿਵੇਂ ਆਈ ਐਮ ਵੈਰੀ ਕਿਊਰੀਅਸ ਟੂ ਆਲਸੋ ਸੀ ਕਿ ਬਾਈ ਐਤਕੀ ਕੀ ਪਰਫੋਰਮ ਕਰਨਗੇ ਜਿੰਨਾ ਕੁ ਚਲੋ ਸ਼ਾਇਰ ਦੀ ਮੁੜ ਮੁੜ ਸੰਗਤ ਤਾਂ ਹਰ ਕੋਈ ਕਰਨਾ ਚਾਹੁੰਦਾ ਸੀ ਇਹ ਸਾਡੇ ਵੱਡ ਭਾਗ ਨੇ ਕਿ ਬਾਈ ਨਾਲ ਦੁਬਾਰਾ ਫਿਲਮ ਕਰ ਰਹੇ ਹਾਂ ਉਹਦੇ ਦਰਮਿਆਨ ਜੋ ਗੱਲਾਂ ਵੀ ਹੁੰਦੀਆਂ ਨੇ ਉਹ ਵੀ ਬੜੀ ਕੀਮਤੀ ਹੁੰਦੀਆਂ ਨੇ ਚਾਹੇ ਉਹ ਕੁਦਰਤ ਦੀਆਂ ਹੋਣ ਜਾਂ ਚਾਹੇ ਕੋਈ ਅਲੌਕਿਕ ਕਿਸਮ ਦੀ ਗੱਲ ਹੋਵੇ ਅਤੇ ਇਹ ਫਿਲਮ ਵੀ ਉਹ ਹੈ ਜੀ ਜਿਹਦੀ ਨੀਂਹ ਇਹਨਾਂ ਸਾਰੀ ਗੱਲਾਂ ਦੇ ਨਾਲ ਹੀ ਉਸਾਰੀ ਜਾ ਸਕਦੀ ਆ ਅਤੇ ਆਈ ਐਮ ਵੈਰੀ ਹੈਪੀ ਕਿ ਆਪਾਂ ਬਾਈ ਨਾਲ ਹੁਣ ਦੁਬਾਰਾ ਫਿਲਮ ਕਰ ਰਹੇ ਹਾਂ ਜੀ ਜਗਦੀਪ ਵੀਰੇ ਇੱਧਰ ਵੀਰੇ ਬਈ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਵੀਰੇ ਠੀਕ ਠਾਕ ਹੋ ਜੀ ਅੱਛਾ ਨਾ ਜਿੱਦਾਂ ਸਤਿੰਦਰ ਸਰਤਾਜ ਜੀ ਖੁਦ ਬਹੁਤ ਕਮਾਲ ਦੇ ਆਪ ਰਾਈਟਰ ਨੇ ਅਤੇ ਜਦੋਂ ਉਹਨਾਂ ਲਈ ਕੋਈ ਕਹਾਣੀ ਲਿਖਣੀ ਹੁੰਦੀ ਆ ਤਾਂ ਇਹ ਜਹਿਨ 'ਚ ਹੁੰਦਾ ਵੀ ਯਾਰ ਇਹ ਕਹਾਣੀ ਸਤਿੰਦਰ ਸਰਤਾਜ ਹੋਰਾਂ ਲਈ ਲਿਖੀ ਜਾ ਰਹੀ ਹੈ ਕੁਛ ਗਲਤ ਨਾ ਹੋ ਜੇ ਨਹੀਂ ਹਾਂ ਤਾਂ ਨਹੀਂ ਹੁੰਦਾ ਜਿਵੇਂ ਓਬਵੀਅਸਲੀ ਇਹ ਗੱਲ ਤਾਂ ਨਹੀਂ ਮੈਂ ਕਹਿੰਦਾ ਕਿ ਹੁਣ ਜਿਵੇਂ ਬਹੁਤ ਹੀ ਮਾਰਤਰ ਵਾਲੀਆਂ ਐਕਸ਼ਨ ਫਿਲਮਾਂ ਦੀ ਗੱਲ ਨਹੀਂ ਮੈਂ ਕਰਦਾ ਪਰ ਜਿਵੇਂ ਬਾਈ ਹੋਰਾਂ ਨੇ ਪਹਿਲੀ ਗੱਲ ਕਹੀ ਨਾ ਕਿ ਅਗਲੇ ਨੂੰ ਪਤਾ ਹੁੰਦਾ ਕਿ ਡਾਕਟਰ ਸਾਹਿਬ ਕੋਲ ਫਿਲਮ ਲੈ ਕੇ ਜਾਣੀ ਤਾਂ ਇੱਦਾਂ ਦੀ ਲੈ ਕੇ ਜਾਈਏ ਪਰ ਮੈਂ ਥੋੜ੍ਹਾ ਜਿਹਾ ਬਾਈ ਇਹਦੇ ਨਾਲ ਸਹਿਮਤ ਨਹੀਂ ਤੁਹਾਡੀ ਗੱਲ ਨਾਲ ਸ਼ਾਇਰ 'ਚ ਤੁਸੀਂ ਪ੍ਰੂਵ ਕੀਤਾ ਹੀ ਹੈ ਪਰ ਮੈਨੂੰ ਉਦੋਂ ਪਹਿਲਾਂ ਥੋੜ੍ਹਾ ਥੋੜ੍ਹਾ ਸ਼ੱਕ ਹੋ ਗਿਆ ਸੀ ਮਿਲਣ ਕਰਕੇ ਕਿ ਆਪਾਂ ਕੋਈ ਵੀ ਫਿਲਮ ਲੈ ਕੇ ਜਾ ਸਕਦੇ ਬਸ ਉਹਦੀ ਇੱਕੋ ਹੀ ਗੱਲ ਜਿਹੜੀ ਮਨੀਸ਼ ਭਾਅ ਜੀ ਨੇ ਕਹੀ ਆ ਕਿ ਉਹ ਫਿਲਮ ਕਿਤੇ ਸੁਸਾਇਟੀ ਨੂੰ ਜਾਂ ਬਹੁਤ ਲੋਕਾਂ ਨੂੰ ਡੀਰੇਲ ਤਾਂ ਨਹੀਂ ਕਰ ਰਹੇ ਅਸੀਂ ਉਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਪੈਂਦਾ ਉਹ ਤਾਂ ਅਸੀਂ ਵੈਸੇ ਵੀ ਰੱਖਦੇ ਹਾਂ ਮੈਂ ਤਾਂ ਰੱਖਦਾ ਉਹਦੇ ਵੀਰਾ ਵੀ ਸਾਰੇ ਰੱਖਦੇ ਹਾਂ ਪੰਜਾਬੀ 'ਚ ਤਾਂ ਕੋਈ ਵੀ ਨਹੀਂ ਕਰਦਾ ਉਹਦਾ ਪਰ ਜਿਹੜੀ ਰੇਂਜ ਦੀ ਗੱਲ ਆ ਵੀ ਮਤਲਬ ਕੱਲੀ ਮੈਂ ਐਕਟਿੰਗ ਦੀ ਗੱਲ ਕਰਾਂ ਵੀ ਇਹ ਅਦਾਕਾਰੀ ਆ ਇੱਦਾਂ ਦੀ ਪਰਫੋਰਮੈਂਸ ਹੋਜੂਗੀ ਕਿ ਨਹੀਂ ਹੋਜੂਗੀ ਉਹ ਤਾਂ ਸੋਚਣ ਦੀ ਜ਼ਰੂਰਤ ਵੀ ਨਹੀਂ ਮੈਂ ਕਹਿੰਦਾ ਕਿ ਜਿੰਨੇ ਵੀ ਲੋਕ ਮੈਨੂੰ ਇੱਥੇ ਸੁਣ ਵੀ ਰਹੇ ਆ ਹੋਰ ਵੀ ਜੇ ਕਿਸੇ ਨੇ ਬਾਈ ਜੀ ਹੋਰਾਂ ਕੋਲ ਸਕ੍ਰਿਪਟ ਲੈ ਕੇ ਜਾਣੀ ਤਾਂ ਇਸ ਗੱਲੋਂ ਤਾਂ ਬੇਫਿਕਰ ਹੋ ਜੇ ਮਤਲਬ ਇਹਨਾਂ ਦੀ ਜਿਹੜੀ ਰੇਂਜ ਆ ਕਿ ਮੇਰੇ ਖਿਆਲ 'ਚ ਦੁਨੀਆਂ 'ਚ ਜਿਹੜੇ ਦੁਨੀਆਂ 'ਚ ਆਪਾਂ ਬਿਹਤਰੀਨ ਅਦਾਕਾਰ ਕੱਢਣੇ ਹੋ ਨਾ ਪੂਰੀ ਦੁਨੀਆਂ 'ਚ ਤਾਂ ਉਹਨਾਂ 'ਚੋਂ ਸਾਡੇ ਪੰਜਾਬੀ ਦੇ ਮੇਰੇ ਵੱਲੋਂ ਜੇ ਮੈਂ ਕੱਢੂੰਗਾ ਤਾਂ ਮੈਂ ਬਾਈ ਨੂੰ ਕੱਢੂੰਗਾ ਪੂਰੀ ਦੁਨੀਆਂ 'ਚ ਜੇ ਵਧੀਆ ਅਤੇ ਉਵੇਂ ਹੀ ਮਤਲਬ ਅਗੇਨ ਉਹੀ ਗੱਲ ਮੈਂ ਮੋੜ ਕੇ ਰਸਤੂ ਨਾਲ ਤਾਂ ਜੋੜਦਾ ਕਿ ਜਿਵੇਂ ਥੋੜ੍ਹੀ ਜਿਹੀ ਇਸ ਚੀਜ਼ ਨੂੰ ਮੈਂ ਜਿੱਦਾਂ ਦੀ ਫਿਲਮ ਆ ਉੱਦਾਂ ਦੀ ਗੱਲ ਕਰ ਲੈਂ ਇੱਕ ਕਿ ਜਿਵੇਂ ਹੁਣ ਮੰਨ ਲਓ ਬਾਈ ਨੇ ਕਿਹਾ ਨਾ ਕਿ ਜਿਵੇਂ ਹੁਣ ਤੁਸੀਂ ਸਾਰੇ ਹਾਂ ਕੋਈ ਬੰਦਾ ਇਹ ਕਹਿੰਦਾ ਹੋਊਗਾ ਕਿ ਮੈਂ ਬਹੁਤ ਦਲੇਰ ਹਾਂ ਮੈਂ ਤਾਂ ਮੂੰਹ ਫਟਾ ਯਾਰ ਮੈਂ ਤਾਂ ਮੂੰਹ 'ਤੇ ਗੱਲ ਕਰ ਦਿੰਦਾ ਕੋਈ ਬੰਦਾ ਕਹਿੰਦਾ ਉਹ ਨਹੀਂ ਨਹੀਂ ਯਾਰ ਵੀ ਮੈਂ ਬਹੁਤ ਸ਼ਾਇਆ ਹਾਂ ਜਾਂ ਸ਼ਰਮੀਲਾ ਜਾਂ ਮੈਂ ਬਹੁਤ ਕਮਜ਼ੋਰ ਹਾਂ ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਦਿਲ 'ਚ ਮੇਰੇ ਬਹੁਤ ਫੀਲ ਹੁੰਦਾ ਠੀਕ ਹੈ ਇੱਕ ਬੰਦਾ ਤੁਹਾਡੇ 'ਚੋਂ ਜੇ ਹੈ ਨਹੀਂ ਜਾਂ ਹੋਣਾ ਚਾਹੀਦਾ ਜਾਂ ਹੋਊਗਾ ਉਹਨੂੰ ਇਹ ਪਤਾ ਹੁੰਦਾ ਕਿ ਮੈਂ ਕਿੱਥੇ ਦਲੇਰ ਹੋਣਾ ਕਿੱਥੇ ਚੁੱਪ ਰਹਿਣਾ ਕਿੱਥੇ ਬੋਲਣਾ ਕਿੱਥੇ ਹੱਸਣਾ ਅਤੇ ਕਿੱਥੇ ਨਹੀਂ ਉਹ ਮਤਲਬ ਉਹਨੂੰ ਬੈਲੈਂਸ ਪਤਾ ਹੁੰਦਾ ਉਹ ਰਸਤੂ ਦਾ ਬੇਸਿਕਲੀ ਅਤੇ ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਸਾਡੇ ਕੋਲ ਸਾਡੇ ਸਮਿਆਂ ਦੇ ਰਸਤੂ ਹੀ ਨੇ ਜਿਹਨਾਂ ਨੂੰ ਪਤਾ ਕਿੱਥੇ ਕੀ ਕਰਨਾ ਅਤੇ ਜਿਹੜੇ ਸਾਨੂੰ ਸਿਖਾਉਂਦੇ ਵੀ ਨੇ ਅਤੇ ਦੂਜੀ ਵੱਡੀ ਗੱਲ ਹੈ ਕਿ ਹੁਣੇ ਮੈਂ ਹੁਣੇ ਆਪਣੇ ਸਾਹਮਣੇ ਇੱਕ ਐਗਜ਼ਾਮਪਲ ਆਈ ਹੈ ਕਿ ਜਦੋਂ ਵੀਰ ਨੇ ਕਿਹਾ ਸੀ ਬਦੋ ਬਦੀ
ਉਦੋਂ ਆਪਾਂ ਸਾਰੇ ਵੀ ਹੱਸੇ ਤੇ ਬਾਈ ਹੋਰੀ ਵੀ ਹੱਸੇ। ਪਰ ਬਾਈ ਨੂੰ ਮੈਂ ਹੁਣੇ ਪੁੱਛ ਲੈਣਾ ਵੀ ਤੁਸੀਂ ਕਿਉਂ ਹੱਸੇ ਸੀ, ਬਾਈ ਦਾ ਆਂਸਰ ਹੋਰ ਹੋਣਾ ਆਪਣਾ ਹੋਰ, ਹੁਣ ਇਹ ਸ਼ੱਕੇ ਤਾਂ ਨਹੀਂ ਆਏ ਨਾ ਡਿਸਾਈਡ ਸੀਗਾ। ਬਾਈ ਹੱਸੇ ਸੀਗੇ ਵੀ ਦਵਾ ਦਵ ਤੇ ਬਦੋ ਬਦੀ ਦੋ ਵਰਡਸ ਨੇ, ਸਾਡਾ ਵੈਸੇ ਚੱਲਦਾ ਰਹਿੰਦਾ ਜਿਵੇਂ ਮੈਂ ਮਾਲ ਮਲਵਈ ਹਾਂ ਬਾਈ ਮਾਝੇ ਵਾਲੇ ਆ, ਅਤੇ ਉੱਧਰ ਉਹ ਸੁਵਿਧਾ ਤੱਕ ਦੁਆਬਾ ਬੈਠਾ, ਠੀਕ ਹੈ, ਤਾਂ ਸਾਡਾ ਚੱਲਦਾ ਰਹਿੰਦਾ। ਪਰ ਬਈ ਬਦੋ ਬਦੀ ਹੁਣ ਬਾਈ ਸੋਸ਼ਲ ਮੀਡੀਆ ਤੋਂ ਮੈਂ ਜੁੜੀ ਨਹੀਂ, ਇੱਥੇ ਗਾਣਾ ਜਿਹਾ ਚੱਲਦਾ ਅੱਜ ਕੱਲ੍ਹ ਵਾਹਵਾ, ਮਤਲਬ ਕਹਿੰਦਾ ਅੱਡ ਉਹ ਬਦੋ ਬਦੀ। ਸੋ ਇਸ ਕਰਕੇ ਇਹ ਫਰਕ ਆ, ਆਪਾਂ ਸਾਰੇ ਕਿਸੇ ਹੋਰ ਚੀਜ਼ 'ਤੇ ਹੱਸਦੇ ਹਾਂ, ਬਾਈ ਆਪਣੇ ਨਾਲ ਹੱਸਦੇ ਆ, ਪਰ ਬਾਈ ਹੋਰ ਮੀਨਿੰਗ ਕੱਢ ਕੇ ਹੱਸ ਰਹੇ ਹੁੰਦੇ ਸੇਮ ਟਾਈਮ 'ਤੇ, ਸੋ ਇਹ ਫਰਕ ਹੈ। ਅਤੇ ਫਿਲਮ ਵੇਖਣ ਤੋਂ ਬਾਅਦ ਆਪਾਂ ਚਾਹੁੰਦੇ ਹਾਂ ਕਿ ਵੀ ਸਾਰੇ ਹੀ ਬਾਈ ਵਾਂਗੂ ਆਪਦਾ ਆਪਦਾ ਘੱਟੋ ਘੱਟ ਮੀਨਿੰਗ। ਜੱਗੀ ਸਰ ਸੋਰੀ, ਹਾਂਜੀ ਕੁਲਵੰਤ ਦੇ ਇੱਧਰ ਤੁਸੀਂ ਕਿਉਂ ਹੱਸੇ ਸੀ ਸਰ? ਨਹੀਂ ਨਹੀਂ ਮੈਂ ਇਸ ਕਰਕੇ ਹੱਸਿਆ ਕਿਉਂਕਿ ਬਹੁਤ ਇਨੋਸੈਂਟ ਆ, ਮੈਨੂੰ ਪਤਾ ਤੁਸੀਂ ਨਾ ਉਹਦੇ ਦੀ ਸ਼ਕਲ ਬਦਲ ਜਾਂਦੀ ਜਦੋਂ ਉਹਨੂੰ ਲੱਗੇ ਯਾਰ ਕਿ ਕੁਛ ਗਲਤ ਹੋ ਗਿਆ। ਮੈਂ ਇਹਦੀ ਕਿਊਟਨੈਸ 'ਤੇ ਹੱਸਿਆ ਸੀਗਾ ਅਤੇ ਮੈਂ ਉਹਦੀ ਸਪੋਰਟ ਲਈ ਬੋਲਿਆ ਕੋਈ ਨਹੀਂ ਕੋਈ ਨਹੀਂ ਦੋਨੋਂ ਵਰਡ ਠੀਕ ਆ। ਸੋ ਮੇਰਾ ਹਾਸਾ ਇਸ ਕਰਕੇ ਸੀਗਾ ਕਿ ਯਾਰ ਕਿ ਦੇਖ ਉਹਦੀ ਸਾਦਗੀ ਲਈ ਹੈ ਨਾ, ਅਤੇ ਤੁਸੀਂ ਖੁਸ਼ ਹੋ ਜਾਂਦੇ ਆ ਕਿ ਯਾਰ ਹੈ ਨਾ ਕੋਈ ਬੰਦਾ ਇਹੋ ਜਿਹੇ ਵੀ ਹਾਲੇ ਹੈਗੇ। ਅਤੇ ਉਹ ਜਦੋਂ ਮੈਂ ਕਿਹਾ ਸੀ ਦੋਨੋਂ ਠੀਕ ਹੈ, ਮੈਨੂੰ ਨਹੀਂ ਪਤਾ ਕੀ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ, ਮੈਨੂੰ ਇਹ ਸੀਗਾ ਕਿ ਮੈਨੂੰ ਕਹਿੰਦਾ ਨਹੀਂ ਇਹ ਦੋਨੋਂ ਹੀ ਅਪਰੋਪਰੀਏਟਲੀ ਠੀਕ ਹੈ, ਬਦੋਬਦੀ ਵੀ ਠੀਕ ਹੈ ਵੀ ਠੀਕ ਹੈ। ਸੋ ਮੇਰੇ ਹਾਸੇ ਦਾ ਇਹ ਕਾਰਨ ਸੀਗਾ।